ਇਸ ਧਰਤੀ ਦੇ ਤਖਤੇ ਦੇ ਉੱਤੇ ਕਈ ਪੀਰ ਪੈਗੰਬਰ ਨਬੀ ਅਵਤਾਰ ਔਲੀਏ ਸਾਧੂ ਸੰਤ ਮਹਾਤਮਾ ਆਏ ਨੇ, ਪਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਕੋਈ ਸਾਨੀ ਹੋ ਹੀ ਨਹੀਂ ਸਕਦਾ। ਠੀਕ ਆਖਿਆ ਕਿਸੇ ਨੇ ਸਾਹਿਬਾ, ਇੱਦਾਂ ਹੱਸ ਕੇ ਕਿਸੇ ਨਾ ਲਾਲ ਵਾਰੇ। ਪੜ੍ਹ ਲਓ ਹਿਸਟਰੀ ਕੌਮ ਦੇ ਬਾਨੀਆਂ ਦੀ, ਵਾਹਦਾ ਤਾਰ ਮੇਰੇ ਧਨ ਉਪਕਾਰ ਤੇਰੇ, ਕੋਈ ਮਿਸਾਲ ਨਾ ਤੇਰੀ ਕੁਰਬਾਨੀਆਂ ਦੀ।
जहान ताए गुरु दशमेश तू नीले बाणे बैच दिसे पीर दरवेश तू बाद चाजी हान ताए गुरु दशमेश तू नीले बाणे बैच दिसे पीर दरवेश तू देख तेरी लीला मैं हैरान बाजा बालिया तेरी कुर्बानी है महान बाजा सारे सिखी दे सोमे ने इन्हां सोमियां दा सोमा है श्री दरबार साहिब अमृतसर साहिब ओ अमृतसर साहिब दी धरती जिहदे बारे महान विद्वान कवि हरिदास कहिंदा है कि इह सचखंड तो बैकुंठ तो भी वड्डी है। किसी ने पुछया हरिदास इह गल तू किस तरह कह रहा है, कहन लगा कोई समा सी अकाल पुरख वाहिगुरू ने तराजू दे विच दोवां पलड़ियां दे विच पा के दोवां बैकुंठां नूं तोलिया। ਕਹਿਣ ਲੱਗੇ ਫਿਰ ਕੀ ਹੋਇਆ? ਕਹਿੰਦਾ ਹੋਣਾ ਕੀ ਸੀ, ਉਹੀ ਕੁਝ ਹੋਇਆ ਜਿਹੜਾ ਭਾਰਾ ਸੀ ਉਹ ਧਰਤੀ ਉੱਤੇ ਆ ਗਿਆ ਅਤੇ ਜਿਹੜਾ ਹਲਕਾ ਸੀ ਆਕਾਸ਼ਾਂ ਨੂੰ ਚੜਿਆ ਗਿਆ। ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰੀ ਹਰੀ ਦਾਸ ਗੌਰਵ ਹੋਤੋ ਸੋ ਧਰ ਰਹੋ ਹੌਲੋ ਚੜਿਓ ਆਕਾਸ਼। ਇੱਕ ਵਿਦਵਾਨ ਕਹਿੰਦਾ ਸੱਜਣਾ ਅੰਮ੍ਰਿਤਸਰ ਨੂੰ ਚੱਲਿਆ ਟ੍ਰੇਨ 'ਤੇ ਜਾ ਪਲੇਨ 'ਤੇ ਜਾ ਜਿੰਨਾ ਮਰਜ਼ੀ ਤੇਜ਼ ਚੱਲਿਆ ਜਾ, ਪਰ ਜਦੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਚੱਲਿਆ ਜਾਵੇਂ ਉਦੋਂ ਕਾਹਲੀ ਨਾ ਕਰੀ। ਪਤਾ ਕਿਉਂ? ਕਿਉਂਕਿ ਇਹ ਜਿਹੜੀਆਂ ਸਲੇਟਾਂ ਲੱਗੀਆਂ ਹੋਈਆਂ ਨੇ ਇਹ ਸਲੇਟਾਂ ਨੇ, ਇਹ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ। ਉਸ ਅੰਮ੍ਰਿਤਸਰ ਦੀ ਧਰਤੀ ਨੂੰ ਮੋਰਾਂ ਵਾਲੀ ਦਾ ਢਾਡੀ ਜਥਾ ਪ੍ਰਣਾਮ ਇਉਂ ਕਰ ਰਿਹਾ। ਸੁਨਹਿਰੀ ਚਮਕੇ ਗੁਰੂ ਘਰ ਮਾਰ ਦਮ ਕਾ ਸੰਗ ਤੇ
ملک کے فانی میں آیا، کوئی ہستا کوئی روتا گیا، کسی کا دامن بھر گیا کوئی پلے سے کھوتا گیا، نہ شکوا شکایت ہے مقدر سے بالم، اس جگہ بو ہی ملا جو اس جگہ بوتا گیا۔ سجنا اس دنیا دے اتے آیا ہے، بیکھی کتے نہ ہو جاوے، رین گوائی سوئے کے دبس گوایا کھائے، ہیرے جیسا جنم ہے کوڈی بدلے جائے، تینوں شاعر چتاونی دباؤں ہویا کہہ رہا، نہ لمے پیر پسار سدا توں رہنا نہیں جندے۔ Thank you.
ਕਰ ਲਿਖੀਆਂ ਪਈਆਂ ਰਬਟਾਂ ਨੇ ਉਮਰ ਉਸਨੇ ਕਹਿਣ ਕਹਿਣ ਲੇਖਾ ਲੈਣਾ ਨੀ ਜਿੰਦੇ ਹਾਂ ਲੇਖਾ ਲੈਣਾ ਨੀ ਜਿੰਦੇ ਨਾ ਲੰਮੇ ਪੈਰ ਨਾ ਲੰਮੇ ਪੈਰ ਪਸਾਰ ਸਦਾ ਤੂੰ ਰਹਿਣਾ ਨੀ ਜਿੰਦੇ ਸਦਾ ਤੂੰ ਰਹਿਣਾ ਨੀ ਜਿੰਦੇ ਸਦਾ ਤੂੰ रक्षा उसी को खार कहते हैं बदल डाले जो इंसान को उसी को प्यार कहते हैं सुनो ऐ दुनिया बालो मैं तुझे बेधड़क कहता हूं जो सर को दार पे रख दे उसे सरदार कहते हैं अंत दे विच श्री दर्शन कुमार जी अते एच एस प्रीत जी का बहुत बहुत धन्यवाद ये ढाडी जथा तुहाडा अपना ढाडी जथा जिस जथे नूं श्री अकाल तख्त साहिब वल्लों 400 ਸਾਲਾਂ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਸਮੁੱਚੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਕੌਮ ਦਾ ਆਪਣਾ ਵਿਲੱਖਣ ਇਤਿਹਾਸ ਹੈ ਔਰ ਦੁਨੀਆ ਦਾ ਇਤਿਹਾਸ ਲਿਖਿਆ ਗਿਆ ਸਿਆਹੀ ਦੇ ਨਾਲ ਪਰ ਗੁਰੂ ਕੇ ਖਾਲਸੇ ਦਾ ਇਤਿਹਾਸ ਖੂਨ ਦੇ ਨਾਲ ਲਿਖਿਆ ਗਿਆ ਹੈ ਉਹ ਕਿਹੜਾ ਪੰਨਾ ਹੈ ਸਿੱਖ ਇਤਿਹਾਸ ਦਾ ਜਿਹਦੇ ਵਿੱਚੋਂ ਸ਼ਹਾਦਤ ਦਾ ਜ਼ਿਕਰ ਨਹੀਂ ਹੁੰਦਾ ਗੁਰੂ ਕੇ ਖਾਲਸੇ ਨੇ ਹੱਸ ਹੱਸ ਕੇ ਚਰਖੜੀਆਂ ਦੇ ਦੰਦਿਆਂ ਨੂੰ ਚੁੰਮਿਆ ਹੱਸ ਹੱਸ ਕੇ ਖੋਪੜੀਆਂ ਉਤਰਾਈਆਂ ਜ਼ਾਲਮਾ ਆਖਿਆ ਸਿੱਖੀ ਤੋਂ ਦੂਰ ਚਲੇ ਜਾਓ ਨਹੀਂ ਤੇ ਬੰਦ ਬੰਦ ਕੱਟ ਦਿੱਤੇ ਜਾਣਗੇ ਉਹਨਾਂ ਆਖਿਆ ਓਏ ਕੱਟ ਬੰਦ ਬੰਦ ਦੇ ਤੂੰ ਨੇਜਿਆਂ 'ਤੇ ਟੰਗ ਦੇ ਤੂੰ ਭੱਠੀਆਂ 'ਚ ਝੋਂਕ ਦੇ ਤੂੰ ਆਰਿਆਂ ਨੂੰ ਸੌਂਪ ਦੇ ਆਹ ਸਾਡੀ ਜਵਾਨੀ ਬਲ ਕੇ ਸਾਡੀ ਜਵਾਨੀ ਕੜਕੇ ਗਾਵੇਗੀ ਇੱਕੋ ਰਾਗਨੀ ਅਣਖ ਪਿੱਛੇ ਮਰਨ ਵਿੱਚ ਦਸਮੇਸ਼ ਦੇ ਦੁਲਾਰਿਆਂ ਦੀ ਆਹ ਜਿੰਦ ਲਈ ਸਕੂਨ ਹੈ ਜਾਨ ਲਈ ਸਕੂਨ ਹੈ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ ਪਤਾ ਕਿਉਂ ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਔਰ ਸ਼ਾਇਰ ਨੇ ਠੀਕ ਆਖਿਆ ਨਾਲ ਖੂਨ ਦੇ ਲਿਖਿਆ ਹੈ ਇਤਿਹਾਸ ਖਾਲਸੇ ਦਾ ਖਾਲਸੇ ਦਾ ਨਾਲ ਖੂਨ ਦੇ ਲਿਖਿਆ ਹੋਏ ਇਤਿਹਾਸ ਖਾਲਸੇ ਦਾ
ਨਵੰਬਰ 1675 ਵੀਰਵਾਰ ਦਾ ਖੂਨੀ ਸੂਰਜ ਚੜ੍ਹਿਆ ਹੈ। ਦਿੱਲੀ ਦੇ ਚਾਂਦਨੀ ਚੌਂਕ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਡੋਲ ਬੈਠੇ ਨੇ। ਜੱਲਾਦ ਜਲਾਲੋਦੀਨ ਤਲਵਾਰ ਨੂੰ ਲਿਸ਼ਕਾਉਂਦਾ ਹੋਇਆ ਸਤਿਗੁਰਾਂ ਦੇ ਅੱਗਿਓਂ ਦੀ ਗੁਜ਼ਰਨ ਲੱਗਾ ਹੈ। ਸਾਹਿਬ ਨੇ ਤੱਕਿਆ ਹੈ ਉਸਨੂੰ ਅਤੇ ਖਿੜ ਖਿੜ ਕੇ ਹੱਸੇ ਨੇ। ਜਲਾਲੋਦੀਨ ਕਹਿਣ ਲੱਗਾ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਨਾ ਤੁਸੀਂ ਜਨੇਊ ਪਾਇਆ, ਨਾ ਤੁਸੀਂ ਮੱਥੇ ਟਿੱਕਾ ਲਾਇਆ, ਪਰ ਫਿਰ ਵੀ ਜਨੇਊ ਦੇ ਲਈ ਐਡੀ ਵੱਡੀ ਕੁਰਬਾਨੀ ਕਰ ਰਹੇ ਹੋ। ਸਤਿਗੁਰੂ ਕਹਿਣ ਲੱਗੇ, ਜਲਾਲੋਦੀਨ, ਇਹ ਕੁਰਬਾਨੀ ਜ਼ੁਲਮ ਦੇ ਖਿਲਾਫ ਕਰ ਰਹੇ ਹਾਂ। ਕਹਿਣ ਲੱਗਾ, ਮਹਾਰਾਜ, ਪਹਿਲੇ ਜਾਮੇ ਵਿੱਚ ਤੁਸੀਂ ਗੁਰੂ ਨਾਨਕ ਦੇ ਰੂਪ ਵਿੱਚ ਨਹੀਂ ਪਾਇਆ ਸੀ। ਸਤਿਗੁਰੂ ਕਹਿਣ ਲੱਗੇ, ਜੇ ਉਦੋਂ ਪਾਇਆ ਨਹੀਂ ਸੀ ਨਾ, ਤਾਂ ਹੁਣ ਲੈਣ ਵੀ ਨਹੀਂ ਦੇਣਾ। ਉਦੋਂ ਜ਼ੋਰ ਨਾਲ ਪਾਇਆ ਜਾ ਰਿਹਾ ਸੀ ਔਰ ਅੱਜ ਜ਼ੋਰ ਦੇ ਨਾਲ ਲਾਇਆ ਜਾ ਰਿਹਾ। ਠੀਕ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਤਿਲਕ ਜੰਯੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਦਿੱਲੀ ਦੇ ਅੰਦਰ ਲਾਸਾਨੀ ਕੁਰਬਾਨੀ ਕੀਤੀ ਹੈ। ਇੱਕ ਵਿਦਵਾਨ ਸ਼ਾਇਰ ਲਿਖਦਾ ਹੈ ਕਿ ਐ ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ, ਤੇਰਾ ਪੂਰਾ ਸਤਿਕਾਰ ਨਹੀਂ ਹੋ ਸਕਿਆ। ਕਵੀਆਂ ਆਲਮਾਂ ਆਰਫਾਂ ਫਾਜ਼ਲਾਂ ਤੋਂ ਤੁਹਾਡਾ ਪੂਰਾ ਵਿਸਤਾਰ ਨਹੀਂ ਹੋ ਸਕਿਆ। ਉਹ ਜੀ, ਪੁੱਤ ਕਿਸੇ ਪਾਸੇ, ਪੋਤੇ ਕਿਸੇ ਪਾਸੇ, ਇੱਕ ਥਾਂ ਪਰਿਵਾਰ ਨਹੀਂ ਹੋ ਸਕਿਆ। ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ, ਇੱਕ ਥਾਂ ਸੰਸਕਾਰ ਨਹੀਂ ਹੋ ਸਕਿਆ। ਸ਼ਾਇਰ ਦੀਆਂ ਲਾਈਨਾਂ ਨੇ, ਨੌਵੇਂ ਗੁਰੂ ਟਿੱਕਿਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ। ਦਹਾਈ ਕਰਦੀ ਪਾਏ ਹੋਏ ਸ਼ੋਰ ਦੀ, ਚਾਰੇ ਪਾਸੇ ਮੱਚ ਗਈ ਦਹਾਈ ਕਰਦੀ ਪਾਏ।
ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ, ਅਰਬੀ ਭਾਸ਼ਾ ਦਾ ਸ਼ਬਦ ਹੈ। ਪਰ ਇਸ ਸ਼ਬਦ ਨੂੰ ਇੰਨਾ ਉਹਨਾਂ ਅਰਬੀ ਲੋਕਾਂ ਨੇ ਨਹੀਂ ਸਮਝਿਆ ਜਿੰਨਾ ਗੁਰੂ ਕੇ ਖਾਲਸੇ ਨੇ ਸਮਝਿਆ ਹੈ। ਉਹ ਕਿਹੜਾ ਇਤਿਹਾਸ ਦਾ ਪੰਨਾ ਜਿਹਦੇ ਵਿੱਚੋਂ ਸ਼ਹੀਦੀ ਦਾ ਜ਼ਿਕਰ ਨਾ ਆਵੇ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ ਇਸ ਪੰਥ ਦੇ ਉੱਤੇ। ਇਸੇ ਕਰਕੇ ਵਿਦਵਾਨ ਸ਼ਾਇਰ ਕਹਿੰਦਾ, ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਫਿਰ ਵੀ ਜਿਸਮ 'ਚੋਂ ਗਈ ਨਾ ਜਾਨ ਸਾਡੀ। ਉਹ ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ, ਫਿਰ ਵੀ ਸੀ ਨਾ ਕਿਹਾ ਜਵਾਨ ਸਾਡੀ। ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਹੈ ਸਦਾ ਜਵਾਨ ਸਾਡੀ। ਆ ਤਰਦੇ ਰਹੇ ਨੇ ਲੋਕ ਝਨਾ ਅੰਦਰ, ਅਤੇ ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆ ਰਹੀਆਂ ਨੇ। ਕਰਨ ਵਾਸਤੇ ਦੂਰ ਪਿਆਸ ਆਪਣੀ, ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ, ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ, ਆਪਣੀ ਮੌਤ ਨੂੰ ਆਪ ਸਹੇੜਦੇ ਰਹੇ। ਆ ਸਾਨੂੰ ਕਿਸੇ ਨਾ ਦੱਸੀ ਸਵਾਹ ਮਲਣੀ, ਜੁੱਸੇ ਲਹੂ ਦੇ ਵਿੱਚ ਲਵੇੜਦੇ ਰਹੇ। ਜੋਗ ਅਸੀਂ ਦਸਮੇਸ਼ ਤੋਂ ਲਿਆ ਐਸਾ, ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਖੋਲੇ ਖੰਭ 'ਤੇ ਪਿੰਜਰੇ ਤੋੜ ਛੱਡੇ। ਅਸੀਂ ਉਹ ਹਾਂ ਜਿਨ੍ਹਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਛੱਡੇ। ਸਾਡਾ ਮੂੰਹ ਮੁਹਾਂਦਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਏ, ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਆਹ ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ, ਤੁਰਿਆ ਆਉਂਦਾ ਏ ਸਾਡਾ ਪ੍ਰਸੰਗ ਵੱਖਰਾ। ਜਿੱਥੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ, ਉੱਥੇ ਉਹਨਾਂ ਮਾਵਾਂ ਨੂੰ ਵੀ ਬਾਰੰਬਾਰ ਪ੍ਰਣਾਮ ਹੈ ਜਿਨ੍ਹਾਂ ਨੇ ਉਹ ਸ਼ਹੀਦ ਪੈਦਾ ਕੀਤੇ। ਉਹ ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ, ਜਿੰਨੀ ਰਾਹੀਂ ਆਏ ਇਹ ਸ਼ਹੀਦ ਮੇਰੀ ਕੌਮ ਦੇ। ਵਾਰੇ ਬਾਰੇ ਜਾਵਾਂ ਅੱਜ ਉਹਨਾਂ ਸਿੱਖ ਮਾਵਾਂ ਉੱਤੋਂ, ਜਿਹਨੇ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ। ਸੂਲੀ ਫਾਂਸੀ ਚਰਖੜੀ 'ਤੇ ਆ ਰਿਹਾ ਦੇ ਦੰਦੇ ਤੱਕ, ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ। ਇੱਕ ਦੋ ਨਹੀਂ ਸੈਂਕੜੇ ਹਜ਼ਾਰ ਅਤੇ ਲੱਖਾਂ ਵਾਰ ਉਹ ਗਏ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ। ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਮਲ ਸਾਹਿਬ ਠੀਕ ਲਿਖਦੇ ਨੇ, ਆ ਸੂਰੇ ਨਿੱਤ ਜਹਾਨ ਵਿੱਚ ਨਹੀਂ ਜਣਦੀਆਂ ਮਾਵਾਂ। Oh,
1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਰ ਕਰਦੀ ਕੱਢੀ ਹੈ ਮਿਆਨ ਚੋਂ ਤਲਵਾਰ, ਧੂਕੇ ਤਲਵਾਰ, ਕਹਿਣ ਲੱਗੇ ਓਏ ਆ ਉਰਾਂ ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲੇ ਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ, ਉਹ ਤੇਰੇ ਨਿਰਬਲ ਡੌਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਮੈਂ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ, ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਅਤੇ ਧਰਮ ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ। ਸੱਜਣਾ ਜੇਕਰ ਆਪਣੀ ਧੌਣ ਨੂੰ ਆ ਰੱਖ ਦੇਗਾ ਮੇਰੀ ਤੇਗ 'ਤੇ, ਆ ਤੇਗ ਦੀ ਸਹੁੰ ਸਾਹਿਬਾ ਮੁਖਤਿਆਰ ਬਣ ਜਾਏਗਾ ਤੂੰ, ਚਾਲਣਾ ਨਹੀਂ ਤੈਨੂੰ ਮਨਸੂਰ ਦੀ ਸੂਲੀ 'ਤੇ, ਪਰ ਚੜ੍ਹ ਕੇ ਮੇਰੀ ਦਾਰ 'ਤੇ ਸਰਦਾਰ ਬਣ ਜਾਏਗਾ ਤੂੰ। ਨਿਕਲ ਕੇ ਤੰਬੂ 'ਚੋਂ ਬਾਹਰ ਗੁਰੂ ਸਾਹਿਬ ਤਲਵਾਰ ਨੂੰ ਲਹਿਰਾਉਂਦੇ ਹੋਏ ਇੱਕ ਸੀਸ ਦੀ ਮੰਗ ਕਰਦੇ ਨੇ, ਪਰਬਲਾ ਬਾਈ ਕੈਸੇ ਸ਼ੇਰ ਦੇ ਉਹ ਵੀ ਰੰਗ ਮੇਰੇ ਸੁਭਾਵੀ ਮੇਲੇ ਹੋਣਗੇ ਵੀ ਐਸ ਜਹਾਂ।
ਜਦੋਂ ਲੋਕੀ ਮਿਲਿਆ ਉਹ ਸਭ ਆਖਣਗੇ ਸਰਦਾਰ ਜਦ ਰੱਬਾ ਜਗ ਰਹਿੰਦੀਆਂ ਮਾਤਾ ਤੇਰੀਆਂ ਜਗ ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ ਹਾਂ ਜੀ ਹਾਂ ਬਾਰਾ ਤੁਰੀਆਂ ਜਾ ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਬਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਉਹ ਮਿਲਦੇ ਮੌਤ ਨੂੰ ਗਲੀ 'ਚੋਂ ਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਦੇਖੀ ਜਿਹਦੀ ਝੋਲੀ ਸ਼ਹੀਦਾਂ ਦੇ ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਦੇਖੀ ਸਦੀਆਂ ਤੱਕ ਉਹੀਓ ਝੰਡੇ ਝੁਲਦੇ ਨੇ ਉਹੀਓ ਪਰਚਮ ਆਕਾਸ਼ 'ਤੇ ਫੜਕਦੇ ਨੇ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ ਸ਼ਹੀਦਾਂ ਦੇ ਬਾਰੇ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਕਿ ਉਹ ਸ਼ਹੀਦਾਂ ਦੀ ਯਾਦ ਜਿਹੜੀ ਵੀ ਕੌਮ ਦੇ ਅੰਦਰ ਸਮੋਈ ਰਹਿੰਦੀ ਹੈ ਉਹ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਉਸ ਸੱਚ ਨੂੰ ਮੇਰੇ ਸਾਥੀ ਸੁਖਚੈਨ ਸਿੰਘ ਚੰਨ ਪਿੰਡ ਪੱਧਰੀ ਸੁਖਦੇਵ ਸਿੰਘ ਸਹੋਤਾ ਚੜੇਕ ਸਰੰਗੀ ਮਾਸਟਰ ਜਗਜੀਤ ਸਿੰਘ ਜੱਗਾ ਪਿੰਡ ਮੀਰਾਂਪੁਰ ਵਾਲਾ ਇਉਂ ਕਹਿ ਰਹੇ ਨੇ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਬਾ
ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ।